ਸ਼੍ਰੀਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਗੁਰਸੀਰਤ ਚੀਮਾ ਤੇ ਐਂਡ ਗਾਈਸ ਅੱਜ ਅਸੀਂ ਜਾ ਰਹੇ ਹਾਂ ਆਪਣੇ ਮਾਮੇ ਪਿੰਡ ਬਹੁਤ ਐਕਸਾਈਟਿਡ ਹੈ ਮੈਂ ਵੀ ਬਹੁਤ ਐਕਸਾਈਟਿਡ ਹਾਂ ਬਿਕੋਜ਼ ਲੋਕਡਾਊਨ ਸੀ ਤੇ ਅਸੀਂ ਗਏ ਕੋਈ ਮਾਮੇ ਪਿੰਡ ਅਸੀਂ ਹਰ ਵੀਕੇਸ਼ਨ ਵਿੱਚ ਜਾਂਦੇ ਹਾਂ ਭਾਵੇਂ ਗਰਮੀ ਦੀ ਹੋਣ ਸਰਦੀ ਦੀਆਂ ਹੋਣ ਅਸੀਂ ਮਾਮੇ ਪਿੰਡ ਜਾਂਦੇ ਹਾਂ ਬਟ ਲੋਕਡਾਊਨ ਸੀ ਦੈਟਸ ਵਾਈ ਅਸੀਂ ਗਏ ਨਹੀਂ ਤੇ ਅੱਜ ਅਸੀਂ ਜਾ ਰਹੇ ਹਾਂ ਫਾਈਨਲੀ ਤੇ ਮੈਂ ਤੇ ਬਹੁਤ ਐਕਸਾਈਟਿਡ ਹਾਂ ਤੇ ਫਤਿਹ ਵੀ ਐਕਸਾਈਟਿਡ ਹੈ ਨਾ ਫਤਿਹ ਵਿਚਾਰੇ ਦੀ ਅੱਖ ਤੇ ਚੋਟ ਲੱਗ ਗਈ ਹੈ ਬਹੁਤ ਸੱਟ ਪਾਣੀ ਲੱਗ ਰਿਹਾ ਨਾ ਫਤਿਹ ਫਤਿਹ ਦੀ ਅੱਖ ਤੇ ਨਾ ਰਬੜ ਵੱਜ ਗਈ ਬਹੁਤ ਤਾਂ ਪਾਣੀ ਲੱਗ ਰਿਹਾ ਫਤਿਹ ਹਾਂ ਇਹਨਾਂ ਲਗਾ ਬੁਝ ਇਹਨਾਂ ਲਗਾ ਬੁਝ ਤੇ ਅਸੀਂ ਬਹੁਤ ਜ਼ਿਆਦਾ ਜਗ੍ਹਾ ਤੇ ਘੁੰਮ ਕੇ ਆਵਾਂਗੇ ਉਹਦੇ ਪਾਪਾ ਨੇ ਸਾਨੂੰ ਲੇਟ ਕਰ ਦਿੱਤਾ ਹੈ ਪਾਪਾ ਹਾਲ ਤੱਕ ਰੈਡੀ ਨਹੀਂ ਹੋਏ ਹੈਗੇ ਤੁਸੀਂ ਆਪ ਤੇ ਸਵੇਰ ਦੇ ਲੇਟ ਰੈਡੀ ਹੋ ਗਏ ਪੈਂਟ ਹੋਣੀ ਐਂਡ ਗਾਈਸ ਅਸੀਂ ਬਹੁਤ ਜਗ੍ਹਾ ਤੇ ਘੁੰਮ ਕੇ ਆਵਾਂਗੇ ਮੰਮਾ ਦੇ ਨਾਨੀ ਹਾਊਸ ਅਸੀਂ ਘੁੰਮ ਕੇ ਆਵਾਂਗੇ ਸਾਡੀ ਭੂਆ ਜੀ ਕੋਲ ਵੀ ਅਸੀਂ ਘੁੰਮ ਕੇ ਆਵਾਂਗੇ ਸਾਡੇ ਜਾਤਰ ਰਿਲੇਟਡ ਉਸ ਸਾਈਡ ਨੇ ਜਿੱਥੇ ਸਾਡੇ ਮਾਮੇ ਨੇ ਜਿਹੜੇ ਮੇਰੇ ਮਾਮੂ ਨੇ ਜਿੰਨਾਂ ਦਾ ਮੈਂ ਆਪਣੇ ਪੀਜ਼ਾ ਮੰਗਾਇਆ ਸੀ ਉਹਨਾਂ ਦਾ ਕੋਲ ਵੀ ਜਾਵਾਂ ਹਾਂ ਉੱਥੇ ਹੀ ਮੰਮਾ ਦੇ ਨਾਨੀ ਹਾਊਸ ਸੀ ਨਾ ਚਲੋ ਫਿਰ ਚੱਲੀਏ ਪਾਪਾ ਵੀ ਰੈਡੀ ਹੋ ਲੈ ਪਾਪਾ ਜਲਦੀ ਕਰੋ ਚਲੋ ਗਾਇਸ ਕੈਨੇਡਾ ਵੀ ਜਾਣਾ ਹੀ ਹੈ ਇੱਥੇ ਕਸ਼ਮੀਰ ਲਈ ਹੋਈ ਹੈ ਕਸ਼ਮੀਰ ਚੱਲ ਰਹੀ ਹੈ ਰੈਸਟੋਰੈਂਟ ਹੀ ਮਜ਼ਾ ਆ ਗਿਆ ਉਡਾ ਗੁਰਸੀਰਤ ਮੰਮਾ ਦਾ ਫੇਵਰਿਟ ਹੈ ਮੰਮਾ ਦਾ ਫੇਵਰਿਟ ਹੈ ਫਤਿਹ ਪੀ ਕੱਪੜੇ ਉੱਤੇ ਨਾ ਡੇਗ ਲਿਆ ਤੁਸੀਂ ਮੈਂ ਪਹੁੰਚਣ ਤੋਂ ਪਹਿਲਾਂ ਹੀ ਕੱਪੜੇ ਗੰਦੇ ਕਰ ਲਓ ਫਤਿਹ ਫੋਨ ਛੱਡ ਕੇ ਜੂਸ ਪੀ ਲੈ ਮਿਕਸ ਫਰੂਟ ਬਹੁਤ ਅੱਛਾ ਲੱਗਦਾ ਗੰਨੇ ਦਾ ਜੂਸ ਟੇਸਟੀ ਵੀ ਹੁੰਦਾ ਹੈ ਹੈਲਦੀ ਵੀ ਬੜਾ ਹੁੰਦਾ ਪਰ ਥੋੜਾ ਵੀ ਥੋੜਾ ਸਾਫ ਸੁਥਰਾ ਕੰਮ ਹੋਏ ਤਾਂ ਇਹਨਾਂ ਕੋਲ ਹੈ ਵੀ ਡਿਸਪੋਜ਼ਲ ਗਲਾਸ ਵੀ ਨੇ ਡਿਸਪੋਜ਼ਲ ਗਲਾਸੇ ਮੈਂ ਕਿਹਾ ਪਾ ਕੇ ਦੇਈ ਭਰਾਵਾ ਕੱਚ ਵਾਲੇ ਗਲਾਸ ਆਪਾਂ ਕਿਉਂਕਿ ਕਈ ਪੀਣ ਵਾਲੇ ਹਨਾ ਫਿਰ ਧੋਂਦੇ ਇਦਾਂ ਠੀਕ ਠਾਕ ਹੀ ਨੇ ਡਿਸਪੋਜ਼ਲ ਠੀਕ ਹੈ ਉਹਦੇ 'ਚ ਫਿਰ ਕੋਈ ਡਾਊਟ ਨਹੀਂ ਹੈ ਕੋਈ ਫਤਿਹ ਫੋਨ ਛੱਡ ਦੇ ਫੋਨ ਛੱਡ ਇਹਨੂੰ ਫਤਿਹ ਨੂੰ ਪੈ ਗਈ ਡਾਂਟ ਹੁਣ ਜੂਸ ਪੀ ਆਰਾਮ ਨਾਲ ਮਾਸਕ ਲਾ ਕੇ ਪੀਏਗਾ ਕਿ ਐਵੇਂ ਮਾਸਕ ਤੋ ਗਾਈਸ ਤੁਸੀਂ ਵੀ ਪੀਓ ਆ ਜਾਓ ਗਾਈਸ ਫਰੈਸ਼ ਫਰੈਸ਼ ਗੰਨੇ ਦਾ ਰਸ ਮੈਂ ਗਾਈਸ ਮਾਸਕ ਠੰਡਾ ਠੰਡਾ ਮਾਸਕ ਲਾ ਕੇ ਪੀ ਲੈ ਕੇ ਜਾਇਓ ਬਿਟਾਰ ਅਜੇ ਕੋਰੋਨਾ ਕਰਕੇ ਦਿਲ ਤੇ ਨੀ ਕਰਦਾ ਭੀੜ ਭੜਕੇ ਵਾਲੀ ਜਗ੍ਹਾ ਜਾਣ ਨੂੰ ਆਉਂਦੇ ਵਕਤ ਦੇਖਾਂਗੇ ਕਾਫੀ ਟਾਈਮ ਹੋ ਗਿਆ ਬੱਚੇ ਵੀ ਕੀ ਕਰਨ ਚਾਰੇ ਹੁਣ ਅੰਦਰ ਬੰਦ ਹੋ ਕੇ ਤੰਗ ਹੋ ਚੁੱਕੇ ਨੇ ਚਲੋ ਛੇਤੀ ਕਰੋਨਾ ਹੋਏ ਖਤਮ ਅਤੇ ਨੋਰਮਲ ਲਾਈਫ ਹੋ ਜਾਵੇ ਸਭ ਦੀ ਐਵੇਂ ਅੰਬਾਲਾ ਕਰੋਸ ਕਰ ਰਹੇ ਆਪਾਂ ਜਲਦੀ ਹੀ 10 ਮਿੰਟ 'ਚ ਆਪਾਂ ਫਿਰ ਪਹੁੰਚ ਜਾਵਾਂਗੇ ਗੁਰਸੀਰਤ ਗੁਰਪਤੇ ਦੇ ਨਾਨੀ ਹਾਊਸ ਇਹਨਾਂ ਦੇ ਮਾਮਿਆਂ ਦੇ ਪਿੰਡ ਦੱਸ ਦਿਓ ਸਾਡਾ ਨਾਨੀ ਹਾਊਸ ਕਿੱਥੇ ਇਹਨਾਂ ਦਾ ਮਾਮਾ ਪਿੰਡ ਜਿਹੜਾ ਨਾਨਕਾ ਪਿੰਡ
ਹੋਵੇ ਸ਼ੰਭੂ ਬਾਰਡਰ ਦੇ ਕੋਲ ਪਿੰਡ ਦਾ ਨਾਮ ਹੈ ਨਸ਼ਹਿਰਾ ਮਾਮੇ ਇਹਨਾਂ ਦੇ ਡੇਰੇ ਤੇ ਰਹਿੰਦੇ ਨੇ ਸ਼ੰਭੂ ਬਾਰਡਰ ਤੋਂ 4-5 ਕਿਲੋਮੀਟਰ ਸ਼ੰਭੂ ਬਾਰਡਰ ਤੋਂ ਅੱਗੇ ਰਾਜਪੁਰੇ ਵਾਲੀ ਸਾਈਡ ਨੂੰ ਮੇਨ ਹਾਈਵੇ ਦੇ ਉੱਤੇ ਹੀ ਜਿੱਥੇ ਚਾਂਸਨ ਹਵੇਲੀ ਵੀ ਆਉਂਦੀ ਹੈ ਕਚਨਾਰ ਰਿਸੋਰਟ ਹੈ ਬਹੁਤ ਵਧੀਆ ਵਧੀਆ ਜਗ੍ਹਾ ਨੇ ਘੁੰਮਣ ਵਾਲੀਆਂ ਕਿਲ੍ਹਾ ਹੈ ਬਹੁਤ ਸ਼ਾਨਦਾਰ ਮੇ ਵੀ ਜਾਵਾਂਗੇ ਸ਼ਾਮ ਨੂੰ ਇੱਕ ਦੋ ਦਿਨ ਚ ਨਾ ਵਲੋਗ ਬਣਾਵਾਂਗੇ ਉੱਥੇ ਵੀ ਉਹ ਵੀ ਤੁਹਾਨੂੰ ਵਿਖਾਵਾਂਗੇ ਬੜੀ ਸ਼ਾਨਦਾਰ ਜਗ੍ਹਾ ਨੇ ਦੋਵੇਂ ਸੋ ਗਾਈਜ਼ ਨੂੰ ਬੰਬਾ ਵਾਲਾ ਕ੍ਰੋਸ ਕਰ ਹੀ ਗਿਆ ਆਲਮੋਸਟ 10 ਮਿੰਟ ਪਹੁੰਚ ਜਾਣਾ ਆਪਾਂ 5 ਮਿੰਟ ਜਾਂ ਆਪਾਂ ਪਹੁੰਚ ਜਾਵਾਂਗੇ ਸ਼ੰਭੂ ਬਾਰਡਰ ਤੇ ਟੋਲ ਪਲਾਜ਼ਾ ਜਿਹੜਾ ਤੇ ਚਲ ਹਾਰਡਲੀ 4-5 ਮਿੰਟ ਅੱਗੇ ਲੱਗਣੇ ਆਪਾਂ ਨੂੰ ਗੁਰਸੀਰ ਤਰ੍ਹਾਂ ਦੇ ਨਾਨਕੇ ਪਿੰਡ ਪਹੁੰਚਣ ਦੇ ਫਿਰ ਉਹਨਾਂ ਨਾਲ ਵੀ ਮਿਲਵਾਵਾਂਗੇ ਤੁਸੀਂ ਸਾਰੇ ਬਹੁਤ ਸਾਰੇ ਕਮੈਂਟਸ 'ਚ ਕਹਿੰਦੇ ਹੋ ਕਿ ਆਪਣੇ ਨਾਨਕਿਆਂ ਨਾਲ ਵੀ ਮਿਲਾਓ ਗੁਰਸੀਰ ਗੁਰਫਤਿਹ ਦੇ ਨਾਨਕਿਆਂ ਨਾਲ ਤੁਹਾਨੂੰ ਅੱਜ ਮਿਲਾਵਾਂਗੇ ਆਪਾਂ 10 ਮਿੰਟ ਪਹੁੰਚ ਜਾਵਾਂਗੇ ਫਿਰ ਅੱਗੇ ਆਪਾਂ ਉੱਥੇ ਪਹੁੰਚ ਕੇ ਆਪਾਂ ਤੁਹਾਨੂੰ ਬੁਲਾਉਂਦੇ ਹਾਂ ਉਹਨਾਂ ਸਾਰਿਆਂ ਨਾਲ ਗਾਈਸ ਅਸੀਂ ਪਹੁੰਚ ਚੁੱਕੇ ਹਾਂ ਹੁਣ ਸ਼ੰਭੂ ਆਹ ਦੇਖੋ ਇੱਥੇ ਬਹੁਤ ਪਿਆਰਾ ਪੁਰਾਣਾ ਕਿਲ੍ਹਾ ਹੈ ਨਾਲ ਹੀ ਹਵੇਲੀ ਹੁਣ ਸ਼ਾਇਦ ਗੱਡੀ 'ਚ ਨਾ ਦਿਖੇ ਅਸੀਂ ਸਪੈਸ਼ਲ ਇੱਥੇ ਆਵਾਂਗੇ ਘੁੰਮਣ ਦੇ ਲਈ ਇੱਥੇ ਬਹੁਤ ਬਹੁਤ ਵਧੀਆ ਜਗ੍ਹਾ ਨੇ ਘੁੰਮਣ ਲਈ ਅਲੱਗ ਤੋਂ ਵਲੋਗ ਸ਼ੂਟ ਕਰਾਂਗੇ ਚਲੋ ਜੀ ਗਾਈਸ ਆ ਗਿਆ ਗੁਰਸੀਰਤ ਰਾਂ ਦਾ ਨਾਨਕਾ ਪਿੰਡ ਮੇਰਾ ਸਹੁਰਿਆਂ ਦਾ ਪਿੰਡ ਪਰਸ ਮੈਂ ਕੱਢ ਲਾ ਆਪਣਾ ਸੀਰਤ ਥੱਕ ਗਏ ਬਹੁਤ ਥੱਕ ਗਏ ਲੇਕਿਨ ਅਸੀਂ ਹੁਣ ਏਸੀ ਚ ਬੈਠੇ ਸਾਂ ਤੇ ਇੱਕਦਮ ਬਾਹਰ ਨਿਕਲਿਆ ਤੇ ਬਹੁਤ ਗਰਮੀ ਲੱਗ ਰਹੀ ਚਲੋ 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 ਅੰਦਰ ਚਲੋ ਅੰਦਰ ਚਲੋ ਸੀਰਤ ਦੇ ਨਾਨੀ ਮੰਮਾ ਚਲੋ ਵੀ ਉਹ ਕਿੱਥੇ ਗਿਆ ਮਾਮੂ ਹੀ ਆ ਗਿਆ ਇਹਨਾਂ ਦਾ ਨਾਨੂ ਵੀ ਪੁੱਛ ਲੈ ਕੁਛ ਫਤਿਹ ਨਾਨੂ ਵੀ ਪੁੱਛ ਕੁਛ ਨਾਨੂ ਨੇ ਕੁਛ ਖਾਣਾ ਕਿ ਨਹੀਂ ਖਾਣਾ ਨਾਨੂ ਵੀ ਕੋਈ ਜਣਾ ਪੁੱਛੋ ਫੜੋ ਡੈਡੀ ਲੋ ਮੀ ਗਾਈਸ ਹੁਣ ਅਸੀਂ ਖਾਣ ਲੱਗੇ ਆਪਣੇ ਸਮੋਸੇ ਐਂਡ ਗਾਈਸ ਤੁਸੀਂ ਬਹੁਤ ਸਾਰੇ ਕਮੈਂਟ ਕੀਤੇ ਸਨ ਕਿ ਸਾਡਾ ਨਾਨੀ ਹਾਊਸ ਵਿਖਾਓ ਅਸੀਂ ਤੁਹਾਨੂੰ ਵਿਖਾ ਦਿੱਤਾ ਅਸੀਂ ਤੁਹਾਨੂੰ ਆਪਣੇ ਮਾਮੂ ਨੂੰ ਵੀ ਵਿਖਾ ਦਿੱਤਾ ਨਾਨੂ ਨੂੰ ਵੀ ਐਂਡ ਨਾਨੀ ਮੰਮਾ ਨੂੰ ਵੀ ਅਤੇ ਤੁਹਾਨੂੰ ਅੱਜ ਦਾ ਵਲੋਗ ਸਾਡਾ ਕਿੱਦਾਂ ਦਾ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ
शेयर कर दो एंड कमेंट भी करो कि थोड़ा सा डालता व्लॉग कितना सा लग गया एंड डोंट फॉरगेट टू सब्सक्राइब माय चैनल बेल आइकन प्रेस कर दियो मीट इन नेक्स्ट वीडियो बाय गाइस समोसे खा लो बाय चलो फटाफट